ਤੇ ਬਾਹਰ ਖੁੱਲਾ ਹੀ ਹੁੰਦਾ ਕਾ ਯਾਰੀ ਤੇ ਉੱਥੇ ਹੀ ਬੈਠੇ ਰਹਿੰਦੇ ਤੇ ਕੱਲ ਇਹ ਜਦੋਂ ਮੈਂ ਉਧਰੋਂ ਵਾਪਸ ਆਇਆਗਾ ਦੋ ਤਿੰਨ ਬੂਟੇ ਵੇਖ ਕੇ ਉਹੀ ਵਾਪਸ ਜੇ ਆਇਆ ਤੇ ਉਦੋਂ ਇਹ ਵੇਖਿਆ ਮੈਂ ਵੀ ਇੱਥੇ ਆਏ ਮੇਰੇ ਆਉਂਦਿਆਂ ਇੱਥੇ ਫਾਲਸੇ ਦੇ ਥੱਲੇ ਬੈਠੀ ਸੀ ਸੋ ਕੱਲ ਉਹ ਤਾਂ ਵੀਡੀਓ ਮੈਂ ਲੈ ਨਹੀਂ ਸਕਿਆ ਇੱਥੇ ਫਾਲਸੇ ਥੱਲੇ ਬਹਿਣ ਦੀ ਤੇ ਆ ਤਾਂ ਮੈਂ ਹੁਣ ਹੀ ਵੇਖਿਆਗਾ ਵੀ ਇਹਨੇ ਐ ਥਾਂ ਪੱਟੀ ਆ ਸੋ ਥਾਂ ਪਟ ਕੇ ਬਹਿੰਦੇ ਹੁੰਦੇ ਆ ਸੋ ਹੁਣ ਉਹ ਪਈ ਹੈਗੀ ਆਪਣੇ ਗੂਰਾਂ ਦੀਆਂ ਵੱਲਾਂ ਦੇ ਥੱਲੇ ਛੀਕੂ ਦੇ ਥੱਲੇ ਸੋ ਪੈਰਾਲਾਈਫ ਦੇ ਤੁਰੂਗੇ ਤੇ ਉਹ ਵੀ ਤੁਹਾਨੂੰ ਮੈਂ ਵਿਖਾਉਂਗਾ ਸੋ ਇੱਕ ਵੀਡੀਓ ਬਣਾਈ ਸੀਗੀ ਉਹਦੇ ਤੁਹਾਨੂੰ ਮੈਂ ਦਿਖਾਇਆ ਸੀ ਦੱਸਿਆ ਸੀ ਵੀ ਇਹ ਖਾਸ ਆ ਸਪੈਸ਼ਲ ਆ ਸੋ ਸਪੈਸ਼ਲ ਆ ਇਹ ਖਾਸ ਇਸ ਨੂੰ ਤਾਂ ਕਹਿੰਦੇ ਆ ਵੀ ਨਿਹੰਗ ਸਿੰਘਾਂ ਦੇ ਇੱਕ ਮਾਰਾ ਇਹਨਾਂ ਆਏ ਦੇ ਇਹਨਾਂ ਨੂੰ ਬਖਸ਼ਿਸ਼ ਕੀਤੀ ਆ ਵੀ ਜਿਵੇਂ ਹੁਣ ਕੋਈ ਕਾਣਾ ਹੁੰਦਾ ਤਾਂ ਉਹਨੂੰ ਵੀ ਇਹ ਸਪੈਸ਼ਲ ਨਾਮ ਲੈਂਦੇ ਆ ਉਹਦਾ ਕਾਣਾ ਨਹੀਂ ਕਹਿੰਦੇਗੇ ਤੇ ਜਿਹੜਾ ਲੰਗੜਾ ਹੁੰਦਾ ਉਹਦਾ ਵੀ ਇਹਨਾਂ ਨੇ ਸਪੈਸ਼ਲ ਖਾਸ ਨਾਮ ਰੱਖਿਆਗਾ ਸਜਾਖਾ ਕਹਿੰਦੇ ਮੈਨੂੰ ਲੱਗਦਾ ਕਾਣੇ ਨੂੰ ਸੂਰਮਾ ਸੂਰਮਾ ਕਹਿੰਦੇ ਜੀ ਵਾਰੀਅਰ ਸੋ ਇਸ ਤਰ੍ਹਾਂ ਇਹ ਸਪੈਸ਼ਲ ਹੈਗੀ ਆ ਇਸ ਤਰ੍ਹਾਂ ਤੇ ਇਹ ਤੇ ਜਲਦੀ ਤੁਹਾਨੂੰ ਮੈਂ ਵੀਡੀਓ ਵੀ ਬਖਾਉਂਗਾ ਇੱਕ ਵੀਡੀਓ ਦੇ ਵਿੱਚ ਲਾਈਵ ਲਾਈਵ ਵੀ ਹੋਊਗਾ ਮੈਂ ਜਲਦ ਤੇ ਉਸ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਲਓ ਲਾਈਵ ਹੋ ਕੇ ਮੈਂ ਤੁਹਾਨੂੰ ਸਾਰੀਆਂ ਕਿਸਮਾਂ ਦੇ ਬੂਟਿਆਂ ਦੇ ਨਾਂ ਦੱਸੂਗਾ ਤੇ ਕਿਸ ਦੇ ਵੀ ਔਰਨਾਮੈਂਟਲ ਕਿਹੜੇ ਪਲਾਂਟ ਹੈਗੇ ਆ ਜੀ ਇਹਨਾਂ ਦੇ ਪੱਤੇ ਇਸ ਤਰ੍ਹਾਂ ਜਾਮਣੀ ਆ ਜਾਂ ਵੈਰੀਗੇਟਡ ਆ ਜਾਂ ਵੀ ਲਸ਼ ਗ੍ਰੀਨ ਹੈਗੇ ਆ ਹਰੇ ਤੇ ਜਾਂ ਉਸ ਤਰ੍ਹਾਂ ਦੇ ਹੈਗੇ ਆ ਫਲਦਾਰ ਬੂਟਿਆਂ ਦੀ ਗੱਲ ਕਰ ਰਿਹਾ ਮੈਂ ਤੁਹਾ ਹਰ ਹਰ ਹੈਗੀ ਆ ਹਰ ਹਰ ਇਹਨੂੰ ਮੈਂ ਲੱਗਦਾ ਉਰਦਦੀ ਦਾਲ ਕਹਿੰਦੇ ਆ ਤੇ ਇੰਗਲਿਸ਼ ਚ ਮੈਨੂੰ ਯਾਦ ਨਹੀਂ ਵੀ ਕੀ ਕਹਿੰਦੇ ਆ ਤੇ ਇੱਥੇ ਆ ਜਾ ਥਾਂ ਤੇ ਮੱਕੀ ਲਾਈ ਆ ਸੋ ਆ ਇੱਥੋਂ ਲੈ ਕੇ ਇੱਥੋਂ ਤਿੱਕਰ ਉਹ ਜਾਮਣ ਤਿੱਕਰ ਉਹ ਜਾਮਣ ਨੂੰ ਵਾਟਰ ਐਪਲ ਕਹਿੰਦੇ ਆ ਸੋ ਇੰਨੀ ਥਾਂ ਤੇ ਮੱਕੀ ਲਾਈ ਆ ਇੰਨੀ ਤੇ ਤੇ ਗਵਾਥਾਂ ਹੋ ਗਈ ਇਹ ਮੱਕੀ ਵਾਲੀ ਉਹ ਤੋਂ ਟਿੱਕਰ ਤੇ ਇਹ ਇਥੇ ਪੰਛੀ ਵੀ ਆਇਆ ਕਰਨਗੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਜਿਹੜਾ ਬੀ ਵਰਤਿਆ ਸੀਗਾ ਇਹ ਇਹ ਬੰਗਾਲ ਦਾ ਬੀ ਹੈਗਾ সুইਟ ਕੌਰਨ ਦਾ ਉਹ ਹੈਗਾ ਆਪਣੇ ਆਸਟ੍ਰੇਲੀਆ ਦਾ ਵੀ ਬੀ ਹੈਗਾ ਤੇ ਉਹ ਵੀ ਮੈਂ ਲਾਉਂਗਾ ਬਾਅਦ ਵਿੱਚ ਤੇ ਪੈਸ਼ਨ ਫਰੂਟ ਦੇ ਵੀ ਸੀਡ ਹੈਗੇ ਉਹ ਵੀ ਲਗਾਉਂਗਾ ਸੂ ਸੀਜ਼ਨ ਦੇ ਮੁਤਾਬਕ ਲਾਵਾਂਗੇ ਤੇ ਆ ਕੁਝ ਫਲ ਆਪਣੇ ਲੱਗੇ ਆ ਦੋ ਅਮਰੂਦ ਆ ਲੱਗੇ ਆ ਇੱਕ ਆ ਲੱਗਿਆ ਤੇ ਆ ਤਾਂ ਰੈਡੀ ਟੂ ਹਾਰਵੈਸਟ ਪੱਕ ਗਿਆ ਇਹ ਸੋ ਵੀਰਿੰਦਰ ਸਿਸਟਰ ਨੇ ਗਿਆ ਸੀਗਾ ਉਹਨਾਂ ਨੇ ਤੇ ਇੱਕ ਮਲਵਿੰਦਰ ਭੈਣ ਨੂੰ ਉਹਨਾਂ ਨੇ ਆਖਿਆ ਸੀ ਵੀ ਵੀਡੀਓ ਲੰਮੀ ਨਾ ਪਾਇਆ ਕਰੋ ਤੇ ਲੋਕ ਡਰ ਜਾਂਦੇ ਆ ਸੋ ਅੱਜ ਮੈਂ ਵੀਡੀਓ ਛੋਟੀ ਰੱਖੀ ਐ ਇਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਕੁੱਤੀ ਵੀ ਵਿਚਾਰੀ ਬਾਹਰ ਆ ਗਈ ਆ ਉਹ ਦੇਖ ਸਕਦੇ ਆ ਤੁਸੀਂ ਪਾਣੀ ਦੀ ਤੇਹ ਲੱਗੀ ਆ ਲੱਗਦਾ ਉਸ ਨੂੰ ਤੇ ਪਹਿਲਾਂ ਥੋੜਾ ਜਿਹਾ ਇਹਦੇ ਬਾਰੇ ਦੱਸ ਦੇਵਾਂ ਮੈਂ ਫਿਰ ਪਾਣੀ ਪਾ ਦਿੰਨੇ ਆ ਸੋ ਅੱਜ ਮੈਂ ਜਦੋਂ ਮੱਕੀ ਲਈ ਜਾਂਦਾ ਸੀਗਾ ਤੇ ਉਦੋਂ ਮੈਨੂੰ ਬਹੁਤ ਪਾਣੀ ਦੀ ਤੇਹ ਸੀਗੀ ਮੈਂ ਇੱਕ ਗਲਾਸ ਤਾਂ ਪੀ ਲਿਆ ਸੀਗਾ ਦੁੱਧ ਦਾ ਤੇ ਪਾਣੀ ਨਹੀਂ ਸੀ ਪੀਤਾ ਬਾਵਾ ਚਰਬਾਰ ਮੈਂ ਕਈ ਦਾ ਕੰਮ ਕਰਦਾ ਰਿਹਾ ਤੇ ਗਰਮੀ ਬਹੁਤ ਸੀਗੀ ਤੇ ਇਸ ਤਰ੍ਹਾਂ ਹੀ ਆਪਾਂ ਨੂੰ ਪਤਾ ਲੱਗਦਾਗਾ ਵੀ ਕਿੰਨੀ ਔਖ ਹੁੰਦੀ ਆ ਤਾਂ ਪਤਾ ਲੱਗਦਾ ਇਸੇ ਤਰ੍ਹਾਂ ਮੈਂ ਕਰੀ ਭੁੱਖੇ ਰਹਿ ਕੇ ਵੇਖਿਆ ਸੀ ਦੋ ਦਿਨ ਤੇ ਤਾਂ ਹੀ ਭੁੱਖ ਦਾ ਪਤਾ ਲੱਗਦਾ ਤਾਂ ਹੀ ਨਹੀਂ ਤਾਂ ਸੌਖੇ ਜਦੋਂ ਹੈਗੇ ਆ ਤੇ ਪ੍ਰਮਾਤਮਾ ਕੋਈ ਦੁੱਖ ਨਹੀਂ ਦਿੰਦਾ ਸੋ ਦੂਜੇ ਦਾ ਦੁੱਖ ਵੀ ਮਹਿਸੂਸ ਨਹੀਂ ਹੁੰਦਾ ਉਮਰ ਨਾਲ ਤਾਂ ਸਭ ਨੂੰ ਹੀ ਪਤਾ ਲੱਗ ਜਾਂਦਾ ਇਹਨਾਂ ਚੀਜ਼ਾਂ ਦਾ ਜਿਵੇਂ ਬਜ਼ੁਰਗ ਹੁੰਦੇ ਆ ਉਹਨਾਂ ਤੋਂ ਗੋਡੇ ਨਹੀਂ ਮੋੜ ਕੇ ਬੈਠਿਆ ਜਾਂਦਾ ਸਾਰਾ ਕੁਝ ਉਹ ਇਹਨ ਪਵਦੀ ਕਿਸੇ ਨੂੰ ਹੋਵੇ ਤਾਂ ਉਹ ਦਾ ਮਨ ਦਿਆ ਵਾਲਾ ਹੁੰਦਾ ਤੇ ਇਹ ਦੁੱਖ ਜਿਹੜੇ ਹੈਗੇ ਆ ਮਹਾਰਾਜ ਨੇ ਚੰਗੇ ਬਣਾਏ ਆਂ ਦੁੱਖ ਦੇ ਨਾਲ ਆਪਾਂ ਨੂੰ ਸੁੱਖ ਦੀ ਕਦਰ ਪਾਉਣ ਦੀ ਆਸਤ ਪੈਂਦੀ ਆ ਸੋਝੀ ਪੈਂਦੀ ਆ ਦੁੱਖ ਦੇ ਨਾਲ ਤੇ ਜ਼ਿੰਦਗੀ ਦੇ ਵਿੱਚ ਇੱਕ ਇੱਕ ਜ਼ਿੰਦਗੀ ਦੀ ਲਹਿ ਬਣਦੀ ਆ ਨਹੀਂ ਤਾਂ ਜ਼ਿੰਦਗੀ ਇਹ ਉਦਾਸੀ ਵਾਲੀ ਹੋ ਜੂਗੀ ਜਿਆਦਾ ਹੀ ਸੁੱਖ ਹੋਵੇ ਚਾਰੇ ਪਾਸੇ ਸੋ ਦੁੱਖ ਸੁੱਖ ਦੋਏ ਕਪੜੇ ਪਹਿਰੇ ਜਾਏ ਮਨੁੱਖ ਸੋ ਇਹ ਦੁਖ ਤੇ ਸੁਖ ਦੇ ਕੱਪੜੇ ਹੈਗੇ ਆ ਤੇ ਬੰਦੇ ਨੇ ਪਾਉਣੇ ਆ ਇਹ ਤੇ ਮਾਤਾ ਜਿਹੜੀ ਪਾਂਡਵਾਂ ਦੀ ਮਾਤਾ ਸੀਗੀ ਮਾਤਾ ਕੁੰਤੀ ਉਹ ਭਗਵਾਨ ਤੋਂ ਦੁੱਖ ਹੀ ਮੰਗਦੀ ਹੁੰਦੀ ਸੀ ਹਮੇਸ਼ਾ ਕ੍ਰਿਸ਼ਨ ਜੀ ਤੋਂ ਉਹ ਕਹਿੰਦੀ ਵੀ ਕੇਸ਼ਵ ਜੇ ਤੂੰ ਜੇ ਮੇਰੇ ਕੋਲ ਦੁੱਖ ਹੈਗਾ ਤਾਂ ਤੂੰ ਮੈਨੂੰ ਯਾਰ ਤੂੰ ਮੇਰੇ ਨੇੜੇ ਰਹਨਾਗਾ ਜਿੰਨਾ ਚਿਰ ਦੁੱਖ ਹੈ ਤੇ ਤੂੰ ਮੈਨੂੰ ਯਾਦ ਆਉਣਾ ਤੇ ਇਹਨੂੰ ਹੁਣ ਪਾਣੀ ਪਾ ਦਿੱਤੇ ਵਿਚਾਰੀ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੁੱਖ ਨਹੀਂ ਕਿਸੇ ਨੇ ਮੰਗਿਆਗਾ ਸਪਗਤ ਜਨ ਮੰਗਦੇ ਆ ਕੱਲੇ ਤੇ ਉਹ ਮਾਤਾ ਜੀ ਨੇ ਜਦੋਂ ਸਾਰਾ ਕੁਝ ਹੋ ਗਿਆ ਉੱਥੇ ਕੌਰਵਾਂ ਨਾਲੋਂ ਜੰਗ ਜਿੱਤ ਲਈ ਪਾਂਡਵਾਂ ਨੇ ਤੇ ਜ਼ਮੀਨ ਉਹਨਾਂ ਨੂੰ ਸਾਰਾ ਉਹ ਰਾਜ ਭਾਗ ਮਿਲ ਗਿਆ ਤੇ ਮਾਤਾ ਕਹਿੰਦੀ ਵੀ ਹੁਣ ਹੁਣ ਮੈਨੂੰ ਓਮੇਦਾਈ ਕਰਦੇ ਮੈਂ ਦੁਖੀ ਅੱਗੇ ਨਾਲ ਸੋ ਹੌਂਕੀ ਜਾਂਦੇ ਜਾਨਵਰ ਜੀ ਰੱਬ ਤੇ ਤੋ ਹੁਣ ਮੈਂ ਪਾਣੀ ਪਾ ਦੇਣਾ ਤੇ ਇੱਕ ਦੱਸ ਦਿਆਂ ਵੀ ਸੰਤੋ ਆਪਾ ਦਰਸ਼ਨ ਸਿੰਘ ਠੱਕੀ ਸਾਹਿਬ ਵਾਲਿਆਂ ਦੀ ਬੇਨ ਬੇਨਤੀ ਹੈਗੀ ਆ ਵੀ ਦਰਖਤਾਂ ਦੇ ਥੱਲੇ ਮੁੱਢਾਂ ਦੇ ਥੱਲੇ ਪਾਣੀ ਵਾਲੇ ਬਰਤਨ ਭਾਂਡੇ ਰੱਖਿਆ ਕਰੋ ਪਾਣੀ ਵੀ ਠੰਡਾ ਰਹੂਗਾ ਪੰਛੀ ਪੀਣਗੇ ਤੇ ਉਹ ਵੀ ਚੰਗਾ ਕੰਮ ਹੈ ਤੇ ਇਹ ਮੈਨੂੰ ਲੱਗਦਾ ਇਹ ਕਾ ਵੀ ਖਾਂ ਕੁੱਤੇ ਕਾ ਵੀ ਖਾਂਦੇ ਹੁੰਦੇ ਆ ਸੋ ਕਾ ਵੀ ਇਹਨਾਂ ਦੰਦਾਂ ਵਾਸਤੇ ਚੰਗਾ ਹੁੰਦਾ ਹੈ ਵੀ ਮੈਂ ਤੁਹਾਨੂੰ ਦੱਸਣਾ ਸੀ ਕੋਈ ਵੀ ਚੀਜ਼ ਬੇਫਾਲਤੂ ਨਹੀਂ ਇੱਥੇ ਦੁਨੀਆ ਦੇ ਉੱਤੇ ਉੱਗਦੀ ਰੱਬ ਨੇ ਕਾਰਨ ਬਣਾਇਆ ਹਰ ਚੀਜ਼ ਦਾ ਸੋ ਹੁਣ ਮੈਂ ਪਾਣੀ ਪਾ ਦੇਣਾ। ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਤੇ ਦੂਸਰਾਂ ਦੇ ਇੱਥੇ ਫਲਦਾਰ ਬੂਟਿਆਂ ਦੇ ਦਾ ਚੈਨਲ ਹੈਗਾ ਇਹ ਤੇ ਉਹ ਵੇਖੋ ਤੇ ਮਹਾਰਾਜ ਦੀ ਕੁਦਰਤ ਦੇ ਵਿੱਚ ਰੱਬ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਕਿਸੇ ਵੀ ਲਈ ਥਾਂ ਦੇ ਉੱਤੇ ਰੁੱਖ ਬੂਟੇ ਲਾਓ। ਤੇ ਵਾਹਿਗੁਰੂ ਦੀ ਰੱਬ ਦੀ ਖੁਸ਼ੀ ਪ੍ਰਾਪਤ ਕਰੋ। ਸੋ ਵਾਹਿਗੁਰੂ ਜੀ ਵੀਡੀਓ ਨੇ ਲੰਮੀ ਹੋਣਾ ਸੀਗਾ ਤੇ ਵਾਹਿਗੁਰੂ ਦੀ ਮਰਜ਼ੀ ਹੈ ਇਹ ਤੇ ਆਪਣੇ ਵਸ ਨੀਗਾ ਸਾਰਾ ਕੁਛ ਜੋ ਰੱਬ ਜਿਵੇਂ ਕਰਾਉਂਦਾ ਉਵੇਂ ਕਰਦਾ ਕਰਨਾ ਐਂਦਾ ਜਿੱਥੇ ਭੇਜਦਾ ਉੱਥੇ ਜਾਣਾ ਪੈਂਦਾ ਜੋ ਖਾਉਂਦਾ ਉਹ ਖਾਣਾ ਪੈਂਦਾ ਤੇ ਇਹ ਜਿਹੜੀ ਮੈਂ ਵੀਡੀਓਸ ਪਾਉਂਦਾ ਉਹ ਲੰਮੀਆਂ ਹੋ ਜਾਂਦੀਆਂ ਮੇਰੀਆਂ ਤਾਂ ਮੇਰੀ ਆਪ ਦੇ ਜਿਹੜੀ ਮਨ ਦੀ ਗੱਲ ਸੀ ਵੀ ਜਿਆਦਾ ਤੋਂ ਜਿਆਦਾ ਵਿਖਾਇਆ ਜਾਵੇ ਇੱਕ ਵੀਡੀਓ ਦੇ ਵਿੱਚ ਵਾਤ ਤੋਂ ਵੱਧ ਕਿਸਮਾਂ ਮਖਾਈਆਂ ਜਾਣ ਤੇ ਕੇਅਰ ਦੇ ਬਾਰੇ ਮੈਨੂੰ ਬਿਲਕੁਲ ਵੀ ਨਹੀਂ ਪਤਾ ਪਲਾਂਟਸ ਨੂੰ ਵੀ ਕੀ ਕਿਹੜੇ ਨੂੰ ਕੀ ਦੇਣਾ ਚਾਹੀਦਾ ਕੀ ਬਿਮਾਰੀ ਲੱਗਦੀ ਆ ਸਾਰੇ ਕਿਸੇ ਦਾ ਤੇ ਤੇ ਜਿਵੇਂ ਅੱਜ ਕੱਲ ਵੀ ਜਿਆਦਾ ਜਿਆਦਾ ਆਪਣੇ ਵੈਸਟਰਨ ਐਜੂਕੇਸ਼ਨ ਜਿਆਦਾ ਹੋ ਗਈ ਆ ਤੇ ਉਹਦੇ ਕਰਕੇ ਆਪਣੇ ਵੀ ਇੱਥੇ ਪੰਜਾਬ ਦਾ ਜਿਹੜਾ ਮਹਾਰਾਜ ਨੇ ਕਲਚਰ ਦਿੱਤਾਗਾ ਸੱਭਿਆਚਾਰ ਦਿੱਤਾਗਾ ਤੋ ਇਹ ਜਿਹੜਾ ਹਿੰਦੂਆਂ ਹਿੰਦੁਸਤਾਨ ਦਾ ਇੰਡੀਆ ਦਾ ਜਿਹੜਾ ਕਲਚਰ ਹੈਗਾ ਇਹ ਵੀ ਮਹਾਰਾਜ ਨੇ ਬਹੁਤ ਚੰਗਾ ਦਿੱਤਾ ਤੋ ਇੱਕੋ ਬੁਲਬੁਲ ਬੁਲਬੁਲ ਆਈ ਹੈਗੀ ਆ ਉਹਦੇ ਮੂੰਹ ਦੇ ਵਿੱਚ ਤੀਲੀ ਐ ਇੱਕ ਡੱਕਾ ਕਾ ਦਾ ਪੂਲੇ ਦਾ ਤੋ ਇਸ ਜਗ੍ਹਾ ਤੇ ਬੈਠੀ ਰਹਿ ਬੈਠੀ ਰਹਿ ਇਸ ਜਗ੍ਹਾ ਤੇ ਹਾਲ ਨਾ ਪਾ ਰਹੀ ਏ ਇਹ ਸੋ ਵਾਹੇ ਗੁਰੂ ਜੀ ਇਹ ਹੁਣ ਉੱਥੇ ਆ ਗਈ ਹੈ ਬੁਲਬੁਲ ਇੱਕ ਉਹਦਾ ਉੱਥੇ ਆਲਣਾ ਹੈਗਾ ਉਸ ਜਗ੍ਹਾ ਤੇ 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 ਮੈਂ ਜਿਵੇਂ ਆਪਣੇ ਅੱਜ ਕੱਲ੍ਹ ਵੈਸਟਰਨ ਐਜੂਕੇਸ਼ਨ ਦਾ ਜ਼ਿਆਦਾ ਪ੍ਰਭਾਵ ਹੈਗਾ ਤੇ ਲੋਕ ਗਾਣੇ ਤੇ ਸਾਰਾ ਕੁਝ ਜ਼ਿਆਦਾ ਸੁਣਦੇ ਆ ਉਹਦੇ ਨਾਲ ਆਪਣਾ ਕਲਚਰ ਇੱਥੋਂ ਦਾ ਪੰਜਾਬ ਦਾ ਮਹਾਰਾਜ ਨੇ ਜਿਹੜਾ ਰੱਬ ਦਾ ਨਾਮ ਤੇ ਸ਼ਹੀਦੀਆਂ ਸ਼ਹੀਦ ਹੋਣ ਲਈ ਹਮੇਸ਼ਾ ਤਿਆਰ ਰਹਿਣਾ ਕਿਸੇ ਵੀ ਧਰਮ ਦੇ ਵਾਸਤੇ ਸਾਰਿਆਂ ਦੇ ਭਲੇ ਦੇ ਵਾਸਤੇ ਤੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ ਜਿਹੜਾ ਮਹਾਰਾਜ ਨੇ ਸੁਭਾਅ ਦਿੱਤਾ ਇੱਥੇ ਪੰਜਾਬ ਨੂੰ ਤੇ ਮਹਾਰਾਜ ਦਾ ਸੰਦੇਸ਼ ਤਾਂ ਸਾਰਿਆਂ ਵਾਸਤੇ ਆ ਧਰਮਾਂ ਵਾਸਤੇ ਸਿੱਖ, ਹਿੰਦੂ, ਮੁਸਲਮ ਮੁਸਲਮਾਨਾਂ ਨੂੰ ਮਹਾਰਾਜ ਨੇ ਦੱਸਿਆ ਬਾਣੀ ਦੇ ਵਿੱਚ ਵੀ ਪੱਕਾ ਮੁਸਲਮਾਨ ਕਿਵੇਂ ਬਣੀਦਾ ਤੇ ਮਹਾਰਾਜ ਨੇ ਉੱਥੇ ਨਮਾਜ਼ ਵੀ ਆਦਾ ਕੀਤੀ ਸੀਗੀ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਤੇ ਉਹਨਾਂ ਨੂੰ ਜਨਾਇਆ ਸੀਗਾ ਵੀ ਤੁਸੀਂ ਨਮਾਜ਼ ਸਹੀ ਨਹੀਂ ਪੜ੍ਹ ਰਹੇ ਤੁਹਾਡਾ ਮਨ ਕਾਗਰ ਨਹੀਂਗਾ ਤੁਸੀਂ ਰੱਬ ਦੇ ਨਾਲ ਅੱਲਾ ਦੇ ਨਾਲ ਇੱਕ ਮਿਕਣੀ ਹੋ ਸਕਦੇ ਤੁਸੀਂ ਆਪ ਦੀ ਅੱਡ ਹਸਤੀ ਮੰਨਦੇ ਆ ਤੇ ਰੱਬ ਦੇ ਨਾਲ ਤੁਸੀਂ ਅਪੇਧ ਨਹੀਂ ਹੋ ਸਕਦੇ ਸੋ ਇਸ ਤਰ੍ਹਾਂ ਮਹਾਰਾ ਜੀ ਨੇ ਤਾਂ ਉਪਦੇਸ਼ ਦਿੱਤਾ ਸਾਰੇ ਧਰਮਾਂ ਨੂੰ ਜੈਨੀਆਂ ਬੋਧੀਆਂ ਨੂੰ ਸਭ ਨੂੰ ਦਿੱਤਾ ਤੇ ਆਪਣਾ ਤਾਂ ਪੰਜਾਬ ਦਾ ਕਲਚਰ ਬਹੁਤ ਵਧੀਆ ਹੈਗਾ ਤੇ ਪਰਉਪਕਾਰੀ ਹੈਗੇ ਆਪਣੇ ਤੇ ਇਸ ਕਰਕੇ ਮੇਰਾ ਅੱਗੇ ਤੋਂ ਮੈਂ ਛੋਟੀਆਂ ਵੀਡੀਓਸ ਪਾਇਆ ਕਰੂੰਗਾ ਤੇ ਇੱਕ ਮੈਂ ਲਾਈਵ ਪਾਉਂਗਾ ਤੇ ਉਸ ਲਾਈਵ ਦੇ ਵਿੱਚ ਸਾਰੇ ਤੁਸੀਂ ਆਇਓ ਤੇ ਘੱਟ ਤੋਂ ਘੱਟ 5 ਸਬਸਕ੍ਰਾਈਬਰ 5 ਸਬਸਕ੍ਰਾਈਬਰ ਨਹੀਂ 5 ਵੀਵ ਵੀਅਰ ਲੈ ਆਇਓ ਜਿਹੜੇ ਰੱਬ ਦਾ ਨਾਮ ਲੈਣ ਵਾਲੇ ਹੋਣ ਤੇ ਮਹਾਰਾਜ ਦੀ ਜਿਹੜੀ ਕੁਦਰਤ ਹੈਗੀ ਹੈ ਕਾਇਨਾਤ ਹੈਗੀ ਹੈ ਇਹਨੂੰ ਪਸੰਦ ਕਰਦੇ ਹੁਣ ਸੁਭਾਸ਼ੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ